जो सरकार कह रही है RSS कह रही है उही कुछ हो रहा। RSS ने तो इतने तक ही बयान दिता सेगा पे जो असी कहांगे वो होगा। RSS कह दे वोटां बन जाऊगियां, RSS कह दे वोटां खत्म हो जाऊगियां। श्रोमणी अकाली दल, श्रोमणी गुरुद्वारा प्रबंधक कमेटी, जिहड़ियां श्रोमणी कमेटी दीआं चोणां हो रहीआं ने, उह हर एक चीज़ प्लैनड और प्लैन कीती RSS ने कह बिलकुल जी 100% आ। जिहड़े कोई गद्दारी करदा होवे उह श्रोमणी कमेटी दे विच जथेदार हुंदा। जिद्दण तां इहनी इलैक्शन लड़नी होवे उदण BJP दे नाल जफ़ियां पै जाणियां आ सियासी तौर ते, जिद्दण श्रोमणी कमेटी लड़नी होवे उदण इह सिखां दी नुमाइंदा जमात आ। श्रोमणी गुरुद्वारा प्रबंधक कमेटी दीआं चोणां नज़दीक ने और इन्हां चोणां नूं लै के लोकां नूं वख-वख समस्यावां दा सामना करना पै रिहा। उह समस्यावां की ने उह वी तुहानूं दसदे आं। अज जलंधर दे विच साडे नाल इक इहो जिहा शख्स मौजूद ने जो उहनां समस्यावां नूं उजागर तां जरूर कर रहे है, पर उहनां दे बयान सुण के इक वार तां होश उड़ गए। आप जी दे साफ बयान ने कि RSS ते सिख पंथ दे विच कोई फर्क नहीं है, पर इहदा कारण की है उहनां तों वी जाणदे आं। सब तों पहलां उहनां दा परिचय लैंदे आं, उह कौन ने, ਕਿਹੜੀ ਜਥੇਬੰਦੀ ਨਾਲ ਤਾਲੁਕ ਰੱਖਦੇ ਨੇ, ਔਰ ਇਸ ਸਵਾਲ ਦਾ ਜਵਾਬ ਵੀ ਉਹਨਾਂ ਕੋਲੋਂ ਲੈਂਦੇ ਹਾਂ। ਤਾਂ ਪਹਿਲਾਂ ਆਪਣਾ ਪਰਿਚੈ ਦਿਓ, ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ, ਕਿਹੜੀ ਜਥੇਬੰਦੀ ਨਾਲ ਤਾਲੁਕ ਰੱਖਦੇ? ਮੈਂ ਕਿਸਾਨ ਹਾਂ ਜੀ, ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ। ਇਸ ਕਰਕੇ ਅਸੀਂ ਬਾਅਦ ਵਿੱਚ ਜਿਹੜੇ ਉਹ ਕਿਸਾਨ ਹਾਂ, ਪਹਿਲਾਂ ਅਸੀਂ ਸਿੱਖ ਹਾਂ, ਅਤੇ ਜੇ ਅਸੀਂ ਸਿੱਖ ਹਾਂ ਤਾਂ ਜੇ ਸਿੱਖਾਂ ਦੀ ਨੁਮਾਇੰਦਾ ਜਮਾਤ ਜਿਹੜੀ ਉਹ ਸ਼੍ਰੋਮਣੀ ਕਮੇਟੀ ਹੈ, ਸ਼੍ਰੋਮਣੀ ਕਮੇਟੀ ਦੀਆਂ ਜੇ ਵੋਟਾਂ ਬਣੂਗੀਆਂ ਤਦੇ ਸ਼੍ਰੋਮਣੀ ਕਮੇਟੀ ਬਣੂਗੀ, ਪਰ ਵੋਟਾਂ ਦਾ 10% ਹੀ ਨਹੀਂ ਹਜੇ ਤੱਕ ਤਿਆਰ ਹੋਈਆਂ। ਜਦੋਂ ਕੋਈ ਵੀ ਵਿਧਾਨ ਸਭਾ ਦੀਆਂ ਵੋਟਾਂ ਹੋਣੀਆਂ ਉਹਨਾਂ ਦੀਆਂ ਲਿਸਟਾਂ ਸਾਂਭੀਆਂ ਜਾਂਦੀਆਂ, ਲੋਕ ਸਭਾ ਦੀਆਂ ਸਾਂਭੀਆਂ ਜਾਂਦੀਆਂ, ਪੰਚਾਇਤੀ ਚੋਣਾਂ ਦੀਆਂ ਵੋਟਾਂ ਸਾਂਭੀਆਂ ਜਾਂਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਕਿਉਂ ਨਹੀਂ ਸਾਂਭੀਆਂ ਜਾਂਦੀਆਂ, ਉਹ ਹਰ ਵਾਰੀ ਨਵੀਆਂ ਕਿਉਂ ਬਣਦੀਆਂ? ਪਹਿਲਾ ਸਵਾਲ ਤਾਂ ਇਹ ਆਉਂਦਾ। ਫਿਰ ਦੂਸਰਾ ਸਵਾਲ ਇਹ ਆਉਂਦਾ ਵੀ ਜਿਹੜੀਆਂ ਵੋਟਾਂ ਬਾਦਲ ਦਲ ਨੂੰ ਚਾਹੀਦੀਆਂ ਹੁੰਦੀਆਂ ਜਾਂ ਸਰਕਾਰੀ ਤੌਰ 'ਤੇ ਕਹਿ ਦਈਏ ਵੀ ਜਿਹੜੀਆਂ ਵੀ ਕੇਂਦਰ ਦੀਆਂ ਹੱਥ ਠੋਕਾ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ, ਜਿਹਨੂੰ ਕਾਬਜ ਕਰਨਾ ਹੋਵੇ ਉਹਨਾਂ ਦੀਆਂ ਵੋਟਾਂ ਬਣ ਜਾਂਦੀਆਂ, ਦੂਜੀਆਂ ਰਹਿ ਜਾਂਦੀਆਂ। ਪਿਛਲੀ ਵਾਰੀ ਵੋਟਾਂ ਜਿਹੜੀਆਂ ਬਣੀਆਂ ਸੀ 1996 ਦੇ ਵਿੱਚ ਅੰਮ੍ਰਿਤਧਾਰੀ ਸਿੱਖਾਂ ਦੀਆਂ ਵੋਟਾਂ ਸਾਰੀਆਂ ਖਤਮ ਹੋ ਗਈਆਂ ਸੀ, ਕਲੀਨ ਸ਼ੇਪ ਸਿੱਖਾਂ ਦੀਆਂ ਵੋਟਾਂ ਬਣੀਆਂ ਉਹ ਪਈਆਂ ਵੀ ਆ। ਔਰ ਇਹ ਸਭ ਕੁਝ ਪਤਾ ਸੀ SGPC ਨੂੰ ਵੀ ਔਰ ਅਕਾਲੀ ਦਲ ਨੂੰ ਵੀ, ਇਹ ਤੁਸੀਂ ਕਹਿ ਰਹੇ ਹੋ? ਬਿਲਕੁਲ ਜੀ, ਅਕਾਲੀ ਦਲ ਅਤੇ ਜੇ ਅਸੀਂ ਇਹ ਕਹਿ ਦਈਏ BJP ਅਤੇ ਅਕਾਲੀ ਦਲ ਵਿੱਚ ਕੋਈ ਫਰਕ ਆ, ਨਹੀਂ ਫਰਕ ਹੈਗਾ। ਉਹੀ ਤੁਹਾਡਾ ਬਿਆਨ ਕਿ RSS ਅਤੇ ਸਿੱਖ ਪੰਥ ਦੇ ਵਿੱਚ ਕੋਈ ਫਰਕ ਨਹੀਂ ਹੈਗਾ? ਜਦ ਤੱਕ ਬਾਦਲ ਦਲ ਬਣ ਗਿਆ ਨਾ, ਅਕਾਲੀ ਦਲ ਖਤਮ ਹੋਇਆ, ਜਦ ਤੋਂ SGPC ਦੇ ਵਿੱਚ ਜੇ ਅਸੀਂ ਇਹ ਕਹਿ ਦਈਏ ਕੋਈ ਵੀ ਪ੍ਰਧਾਨ ਕੱਢਿਆ ਜਾਂਦਾ ਉਹ ਬਾਦਲਾਂ ਦੀ ਪਰਚੀ 'ਚੋਂ ਕੱਢਿਆ ਜਾਂਦਾ, ਅਤੇ ਜੇ ਅਸੀਂ 170 ਜਿਹੜੇ ਸ਼੍ਰੋਮਣੀ ਕਮੇਟੀ ਦੇ ਉਹ ਨੁਮਾਇੰਦੇ ਚੁਣੇ ਆ ਉਹ ਆਪਣਾ ਪ੍ਰਧਾਨ ਨਹੀਂ ਚੁਣ ਸਕਦੇ, ਫਿਰ ਦੱਸੋ ਕੀ ਗੱਲ ਆ? ਜੋ ਸਰਕਾਰ ਕਹਿ ਰਹੀ ਆ, RSS ਕਹਿ ਰਹੀ ਆ, ਉਹੀ ਕੁਛ ਹੋ ਰਿਹਾ। RSS ਨੇ ਤਾਂ ਇੱਥੇ ਤੱਕ ਹੀ ਬਿਆਨ ਦਿੱਤਾ ਸੀਗਾ ਵੀ ਜੋ ਅਸੀਂ ਕਹਾਂਗੇ ਉਹ ਹੋਊਗਾ, ਉਹਦੇ ਵਿੱਚ ਸਾਹਮਣੇ ਸੀਗਾ। ਸਿੰਘ ਸਾਹਿਬ ਜੋ ਵੀ ਕਹਿੰਦੇ ਆ, ਕਦੇ ਜਾ ਕੇ ਮੀਟਿੰਗਾਂ ਕਿਤੇ ਵੀ ਕਰਦੇ ਆ, ਜਿਹੜਾ ਕੈਲੰਡਰ ਸੀਗਾ ਉਹ ਸਿੱਖਾਂ ਦਾ ਪਾਸ ਹੋਇਆ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਸਿੱਖਾਂ ਦਾ ਕੈਲੰਡਰ ਫੇਲ ਕਿਉਂ ਹੋਇਆ, ਉਹ ਤਾਂ ਉਹਦੇ 'ਚ ਕਿੰਨੀ ਵਾਰੀ ਉਹਦੀ ਤੋੜ ਮਰੋੜ ਕੀਤੀ ਗਈ ਆ। ਬੀਬੀ ਜਗੀਰ ਕੌਰ ਤਾਂ ਕਹਿੰਦੇ ਕਿ ਮੈਂ ਪਾਸ ਕੀਤਾ ਨਾਨਕਸ਼ਾਹੀ ਕੈਲੰਡਰ। ਕਿਸੇ ਨੇ ਕੋਈ ਪਾਸ ਨਹੀਂ ਕੀਤਾ ਹੈਗਾ, ਜੇ ਉਹ ਪਾਸ ਹੋਇਆ ਹੁੰਦਾ ਤਾਂ ਤੁਸੀਂ ਦੱਸੋ ਵੀ ਜਿੰਨੀਆਂ ਵੀ ਗੁਰੂਆਂ ਦੀਆਂ ਉਹਦੇ ਜਨਮ ਤਰੀਕਾਂ ਆ ਉਹ ਚੇਂਜ ਕਿਉਂ ਹੋਈਆਂ? ਜੇ ਸ਼੍ਰੋਮਣੀ ਕਮੇਟੀ ਨੇ ਇਹ ਗੱਲ ਪਾਸ ਕੀਤੀ ਆ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਆ ਉਹ ਤਾਂ 2 ਵਿਸਾਖ ਦਾ ਆ, ਉਹ ਕੱਤਕ ਦੇ ਵਿੱਚ ਕਿਉਂ ਮਨਾਇਆ ਜਾਂਦਾ? ਤੁਸੀਂ ਇੱਥੋਂ ਆਪੇ ਆਈਡੀਆ ਲਾਓ, ਹਰ ਚੀਜ਼ ਜੋ RSS ਕਹਿੰਦੀ ਉਹੀ ਕੁਛ ਹੁੰਦਾ ਆ। RSS ਕਹਿ ਦੇਵੇ ਵੋਟਾਂ ਬਣ ਜਾਊਗੀਆਂ, RSS ਕਹਿ ਦੇਵੇ ਵੋਟਾਂ ਖਤਮ ਹੋ ਜਾਊਗੀਆਂ। ਅੱਜ ਵੋਟ ਜਿਹੜੀ ਆ BLO ਕਿਉਂ ਨਹੀਂ ਬਣਾਉਂਦਾ, ਪਟਵਾਰੀ ਕਿਉਂ ਨਹੀਂ ਬਣਾਉਂਦਾ? ਕਿਉਂਕਿ ਜਿਹੜੀਆਂ ਵੋਟਾਂ ਉਹਨਾਂ ਨੂੰ ਚਾਹੀਦੀਆਂ ਸਿਰਫ ਉੱਥੇ ਤੱਕ ਹੀ ਵੋਟਾਂ ਸੀਮਤ ਰਹਿਣੀਆਂ। ਜਿਸ ਤਰ੍ਹਾਂ ਬਿਆਨ ਸਿੰਘ ਦੀ ਸਰਕਾਰ ਆਈ ਸੀ 10% ਵੋਟਾਂ ਪਈਆਂ ਸੀਗੀਆਂ, 90% ਲੋਕਾਂ ਨੇ ਬਾਈਕਾਟ ਕੀਤਾ ਸੀ, ਅੱਜ ਵੀ ਉਹੀ ਹਾਲਾਤ ਦੀਦੇ ਆ। ਪਰ ਜੋ ਸਰਕਾਰ ਚਾਹੂਗੀ, ਜਿਹੜੇ ਸਿੱਖਾਂ ਦੀ ਵੋਟ ਚਾਹੂਗੀ ਉਹ ਵੋਟਾਂ ਬਣ ਜਾਊਗੀਆਂ, ਦੁਬਾਰਾ ਸ਼੍ਰੋਮਣੀ ਕਮੇਟੀ ਦੇ ਉੱਤੇ ਫਿਰ ਉਹੀ ਆਪਣੇ ਹੱਥ ਠੋਕੇ ਖੜ੍ਹੇ ਕੀਤੇ ਜਾਊਗੇ, ਉਹਨਾਂ ਨੂੰ ਕਾਮਯਾਬ ਕੀਤਾ ਜਾਊਗਾ।
यानी कि आ कह दी है कि श्रोमणी अकाली दल श्रोमणी गुरुद्वारा प्रबंधक कमेटी जिहड़ियां श्रोमणी कमेटी दीआं चोणां हो रहीआं ने उह हर एक चीज़ प्लैंड और प्लैन कीती आर एस एस ने कह बिल्कुल जी 100% आ जे धर्मी फौजी बादल दे कहण दे उत्ते बैरकां छड सकदे आ जदों कोई नौकरी दा सवाल आउंदी आ कल ही उहनां दे डांगां पईआं जी धामी दी चोण वेले उहनां दे डांगां पईआं जिहड़ा भी कोई सिखी की खातर कुछ करता उहदे डांगां ही पैनियां होणियां तो उन्होंने जां सजाए मौत फांसी मिलती होंगी है जेडे को गद्दारी करता हो श्रोमणी कमेटी के जथेदार होंगे तो जे इन्हों गद्दार कह रही है जिम्मे कमेटी के जथेदार जो लगे उन्होंने गद्दार कह रहे हो हूँ इस वे बिल्कुल जी 100% गद्दार है तुम दसो अज तक जो भी कुछ सिखी के खिलाफ गल काम आया बादल साहब ने किया कि नहीं किया पंजाब के खिलाफ हो चाहे सिखी के खिलाफ होदल साहब ने किया जे बादल साहब सरसे वाले नूं माफ़ी दवा सकदा मगरों ने 90 लाख रुपये के इश्तहार जिहड़े सीगे ओह अखबारां विच आ सकदे आ इह श्रोमणी कमेटी ने भले का कम किया 90 लाख दे विच जिहड़े गुरसिख जिहड़े आ उहनां दीआं पढ़ाईआं भी करा जा सकदियां सीगियां किसी बेअदबी कांड होया सारा कुछ होया उदों बाद उहनूं बिना मंगे माफ़ी दित्ती गई जदों लोकां ने विरोध किया तो वापस ले ले इदों वड्डी गल की हो सकती है जदों किसी ने माफ़ी मंगी नहीं हैगी उन्हें माफ़ी दी गई इदों वड्डी की गल हो सकती है आर एस एस जो कहती उही कहूँगा जी सब कुछ ये प्रतक्ष है जे तुसीं जानदे हो तुहाडे साथी जानदे ने पिंड वासी जानदे ने फिर असी लोकां ने ही उसे एस जी पी सी नूं क्यों आपां उत्थे प्रशासन च बिठाया एस जी पी सी नूं प्रशासन च लोकां ने नहीं बहालिया ये सरकार ने बहालिया जदों 5 साल बाद चोणां होंदियां हर वार तकरीबन 12-13 साल क्यों निकलदे आ पिछली बारी भी इदां ही होया जदों वह सरकारां चाहुंदियां आ उस वेले करा लैणियां आ यानी कि जिहड़े इल्जाम लगदे सी कि बादलां दे जिहड़े प्रोपागेंडा ने वह पूरे हो रहे ने वह बादलां दे नहीं ये आर एस एस दे काम पूरे हो रहे ने इन्ना वक्फा पा के बिल्कुल हो रहे है जी जे दरबार साहब दे विच एक नाला बनिया सीगा बड़ा रौला पिया सीगा उहदे उत्ते श्री राम लिखिया सीगा इट्टां दे उत्ते उह दरबार साहब च लगियां कि नहीं लगियां पत्रकारों ने भी रौला पाया सारे ने रौला पाया दसो कि राज लगियां बादल साहब के राज लगियां की होया कुछ भी नहीं होया उन्हां लोकां नूं कोई फड़िया गया उन्हां तो कोई केस पाया गया कुछ नहीं पाया गया अज तो कुछ साल बाद यही गल उत्थे होगी ये तो जी मंदिर आ दोबारा इहनूं भी ढा लो बिल्कुल साडा हाल मुसलमाना वाला हाल होना है आने वाला समा यह कोई बहुता दूर नहीं हैगा उत्थे श्री राम दीआं इट्टां कढ के मुड़ के साडा उह दरबार साहब नूं इह कम करूगे प्रधान तो फिर तीजी बार लग चुके ने धामी साहब ये तो जी प्रधान जिस वेले हुण श्रोमणी कमेटी उहनां दी आ सारे दे सारे मैंबर उहनां दे आ प्रधान तो जिहनूं मर्जी बना देण उह जो बादल साहब दा टब्बर कहूगा उही बनना ना असीं तो यह गल कहिंदे आ पे जिन्ना चिर अकाली दल सीगा उन्ना चिर कामयाबी रही है जद यह बादल दल बन गया खत्म हो गया अकाली दल कोई नहीं हैगा ये तो सिर्फ एक परिवार की जमात आ उहदा दल आ बिल्कुल जिदण तो इन्हें इलैक्शन लड़नी होवे उदण बीजेपी के नाल जफियां पै जानियां आ सियासी तौर पर जिदण श्रोमणी कमेटी लड़नी होवे उदण ये सिखां दी नुमाइंदा जमात आ हुण तुसीं इत्थों आप ही आइडिया ला सकदे आ श्रोमणी गुरुद्वारा प्रबंधक कमेटी के जिन्हें भी इन्हों बंदे लगे आ अकाली दल के अहदेदार नहीं है जे अकाली दल के अहदेदार आ तो फिर वह श्रोमणी कमेटी के कितों रहेगा वो सिखा दे नहीं है अकाली दल के आ इस करके जिहड़ी कमेटी एस जी पी सी सिखा की नहीं ये अकाली दल बादल की कमेटी है नहीं जी एक सिखा है नहीं ना सिखा का सी ना हैगा आ फखरे कौम नूं इसे करके दिता गया क्योंकि जिन्नियां सिखां दे नाल गदारियां कीतियां सिख मरवाए आ इस करके उन्हूं फखरे कौम दिता गया भी इन्ना काम तो कोई भी नहीं कर सकता सिखां दे नाल इन्ना तो मुगल भी नहीं कर सके हैगे ते जिहड़े हुण कर दित्ते आ ते फिर इन्हां चोणां दा मतलब की रह जांदा जे हुण भी चोणां हो रहीआं ते उहनां दा मतलब की रह जांदा किस तरह देख रहे हो एस जी पी सी दीआं चोणां नूं तुसीं असीं आजादी तों बाद असीं इक्को ही गल देखदे आ जी असी अंग्रेजों को पहला कहें भी माड़े आ हुण सानू ये बिल्कुल सामने एक गल साफ हो गई आ अंग्रेज इन्हां नालों लख दर्जे चंगे सीगे जे माड़े आ ते ए लोग माड़े आ जिन्हां नूं असी आजादी दवाई आ असी अज पछतावा करते हाँ असी अपनियां कुर्बानियां दे के जिहड़ी इन्हां नूं आजादी दवाई असी आप गुलाम हो गए हां।
बिल्कुल ये हैरान कर देने वाले तत्थ ने, हैरान कर देने वाली गल्लां। और अज एस जी पी सी चोणां नूं लैके एक नवे किस्म की गल सामने आई है। खैर इस गल का की फर्क पवेगा एस जी पी सी चोणां उत्ते, आवाम उत्ते, सिख कौम के उत्ते, ये वेखना होगा। पर फिलहाल एस जी पी सी चोणां का रौला इस वेले पिया होया, एस जी पी सी चोणां की बदला लैके आउंदियां ने ये वेखना होगा। जो भी होगा तुहानूं दसदे रहांगे। बने रहो वन इंडिया पंजाबी ते। Subscribe to One India channel and never miss an update.